Thank you.
Oh,
नाम बिसारे है अभिमान, नाम बिसारे है अभिमान। कनक कामनी महासुंदरी शब्दावली
botto medo de jangue. Insect bhi bahut milda julda nikleda hai. Pichla shabd si chalt kat tedhe tedhe tedhe. Apni sundarta apne tan te ki gaurav karna hai. ਪਛਾਣ ਕੇਵਲ ਉਪਰੋਂ ਨਹੀਂ ਉਪਰੋਂ ਤੇ ਨਹਾ ਧੋ ਕੇ ਪਰਫਿਊਮ ਲਗਾ ਕੇ ਖੂਬਸੂਰਤ ਬਸਤਰ ਪਹਿਨ ਕੇ ਸਜਾ ਲੈਣਾ ਪਰ ਇਸ ਦੀ ਅਸਲੀਅਤ ਨੂੰ ਕਦੀ ਜਾਣਿਆ ਹੀ ਇਹਦੇ ਅੰਦਰ ਕੀ ਹੈ ਰੱਬ ਕੀ ਚਲਤ ਕੱਤ ਟੇਢੇ 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 ਦਸਤ ਚਰਮ ਹੱਡੀਆਂ ਤੇ ਉਹਦੇ ਉੱਤੇ ਚੜਾਇਆ ਹੋਇਆ ਇੱਕ ਚਮੜੇ ਦਾ ਗਿਲਾ ਅਸਤ ਚਰਮ ਤੇ ਵਿੱਚ ਕੀ ਭਰਿਆ ਬਿਸ਼ਟਾ ਤੇ ਮੂਤੇ ਦੁਰਗੰਧ ਹੀ ਤੇ ਬਿੱਡ ਇਹ ਅਸਲੀਅਤ ਕਦੀ ਪਛਾਣੀ ਜੇ ਕਦੇ ਤੁਸੀਂ ਅੰਦਰ ਝਾਤ ਪਾ ਲੈ ਪਛਾਣ ਲੈ ਕਦੀ ਗੌਰਵ ਨਾ ਕਰੇ ਤਣ ਇਸ ਤਣ ਦਣ ਕਿਉਂ ਕਿਆ ਗਰਵਈਆ ਇਹਨੂੰ ਸੰਭਾਲ ਸੰਭਾਲ ਰੱਖਣਾ ਪਰ ਇਹ ਵੀ ਨਹੀਂ ਰਹਿੰਦਾ ਸਮੇਂ ਆਉਣ ਨਾਲ ਚਲਾ ਅੱਜ ਵਾਲਾ ਸ਼ਬਦ ਉਹਦੀ ਲਾਈਨ ਸੀ ਚਲਤ ਕੱਤ ਟੇਢੇ 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 ਤੇ ਇਹਦੀ ਲਾਈਨ ਹੈ ਟੇਢੀ ਪਾਗ ਟੇਢੇ ਚਲੇ ਇੱਕ ਅਗਲੀ ਗੱਲ ਛੇੜ ਦਿੱਤੀ ਕਿ ਮਨੁੱਖ ਦਾ ਜਿਉਂ ਜਿਹਾ ਸੁਭਾਅ ਜਿਉਂ ਜਿਹੀਆਂ ਆਦਤਾਂ ਜਿਉਂ ਜਿਹੇ ਸੰਸਕਾਰ ਜਿਉਂ ਜਿਹਾ ਜੀਵਨ ਦਾ ਤਰੀਕਾ ਸ਼ੈਲੀ ਬਣਦੀ ਉਹ ਜਿਹਾ ਮਨੁੱਖ ਦਾ ਵਾਤਾਵਰਨ ਵੀ ਹੋ ਜਾਂਦਾ ਉਹ ਜਿਹੀਆਂ ਆਦਤਾਂ ਪੈ ਜਾਂਦੀਆਂ ਉਹਦੇ ਨਾਲ ਸੰਬੰਧਿਤ ਕੁਛ ਗੱਲਾਂ ਦਾ ਜ਼ਿਕਰ ਕਰ ਦਿੱਤਾ ਹੈ ਇਹ ਵੀ ਹੰਕਾਰ ਦਾ ਹਿੱਸਾ ਉਹ ਤਣ ਦਾ ਸੀ ਦੇਹ ਦਾ ਸੀ ਇਹ ਸ਼ਕਤੀ ਦਾ ਹੈ ਤਣ ਦੀ ਸੁੰਦਰਤਾ ਦਾ ਸੀ ਇਹ ਤਣ ਦੀ ਸ਼ਕਤੀ ਦਾ ਹੈ ਪ੍ਰਾਚੀਨ ਸਮੇਂ ਅੰਦਰ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਅਹੰਕਾਰ ਸਿਪਾ ਸਲਵਾਰ ਜਰਨੈਲ ਫੌਜਾਂ ਦੇ ਜਦੋਂ ਕਿਸੇ ਵੱਡੀ ਮੁਹਿੰਮ ਦਾ ਮਸਲਾ ਆਉਣਾ ਨਾ ਇਹ ਮੁਹਿੰਮ ਸਰ ਕਰਨੀ ਇਹ ਮੋਰਚਾ ਜਿੱਤਣਾ ਤਾਂ ਕਈ ਵਾਰ ਬਾਦਸ਼ਾਹ ਆਪਣੇ ਸਿਪਾ ਸਲਾਰਾਂ ਨੂੰ ਜਰਨੈਲਾਂ ਨੂੰ ਇਕੱਠੇ ਕਰਦਾ ਤੇ ਮਨ ਨੂੰ ਇੱਕ ਸ਼ਰਤ ਰੱਖ ਦਿੰਦਾ ਥਾਲ ਵਿੱਚ ਪਾਨਾਂ ਦਾ ਬੀੜਾ ਰੱਖ ਦਿੱਤਾ ਜਾਂਦਾ ਆਖਿਆ ਜਾਂਦਾ ਕਿ ਜਿਹਨੂੰ ਆਪਣੀ ਸ਼ਕਤੀ ਤੇ ਮਾਣ ਹੈ ਤੇ ਸਮਝਦਾ ਹੈ ਕਿ ਮੈਂ ਇਸ ਮੁਹਿੰਮ ਨੂੰ ਸਾਰ ਕਰ ਲਵਾਂ ਕਰ ਸਕਣਾ ਤੇ ਜ਼ਿੰਮੇਵਾਰੀ ਲੈਂਦਾ ਹੈ ਕਮਿਟਡ ਹੁੰਦਾ ਹੈ ਕਿ ਮੈਂ ਇਹ ਕੰਮ ਕਰ ਦਿਖਾਵਾਂਗਾ ਉਹ ਪਾਣ ਦਾ ਮੀਰਾ ਚੁੱਕ ਚਬਾ ਲੈ ਜਿਵੇਂ ਸਵੰਬਰ ਰਚਿਆ ਜਾਂਦਾ ਸੀ ਇਹ ਵੀ ਇੱਕ ਤਰੀਕਾ ਬਣ ਗਿਆ ਪਾਣਾ ਦੇ ਬੀਰੇ ਨੂੰ ਚਬਾਉਣ ਵਾਲਾ ਉਠਾਉਣ ਵਾਲਾ ਕਮਿਟਡ ਹੁੰਦਾ ਸੀ ਕਿ ਮੈਂ ਇਸ ਮੁਹਿੰਮ ਨੂੰ ਸਾਰ ਕਰਨਾ ਮੇਰੇ ਕੋਲ ਤਾਕਤ ਹੈ ਮੇਰੇ ਕੋਲ ਸ਼ਕਤੀ ਹੈ ਮੇਰੇ ਕੋਲ ਬਾਜੂ ਬਲ ਹੈ ਮੇਰੇ ਕੋਲ ਮਜ਼ਬੂਤ ਦਿਲ ਹੈ
ਇਸ ਗੱਲ ਦਾ ਪ੍ਰਤੀਕ ਬਣ ਗਿਆ ਸੀ। ਤੇ ਜਿਹਦੇ ਹੱਥ ਤਾਕਤ ਇਹੋ ਜਿਹੀ ਸ਼ਕਤੀ ਆ ਜਾ, ਕਿਸੇ ਨੂੰ ਕੀ ਸਮਝਦਾ ਟੇਢਾ ਹੋ ਚੱਲਦਾ। ਹੁਣ ਇੱਥੇ ਸ਼ਕਤੀ ਦਾ ਬਿਆਨ ਕਰਦੇ ਹੋਇਆ ਲਫ਼ਜ਼ ਫਿਰ ਟੇਢੇ ਵਰਤੇ ਨੇ ਤੇ ਕਹਿੰਦੇ ਨੇ ਮੇਰੇ ਕੋਲ ਸ਼ਕਤੀ ਹੈ, ਮੇਰੇ ਸਾਹਮਣੇ ਕੋਈ ਸੂਰਮਾ ਕੋਈ ਯੋਧਾ ਅੜ ਨਹੀਂ ਸਕੇਗਾ, ਮੈਨੂੰ ਆਪਣੇ ਬਾਜ਼ੂ ਬਲ ਤੇ ਮਾਣ ਹੈ। ਬਾਜ਼ੂ ਬਲ ਦਾ ਮਾਣ ਇੱਕ ਉਹ ਚੀਜ਼ ਹੈ ਜਿਹੜਾ ਰੱਬ ਵੀ ਭੁਲਾ ਦਿੰਦਾ ਹੈ। ਅਸੀਂ ਇਤਿਹਾਸ ਦੇ ਪੰਨਿਆਂ ਤੇ ਦੇਖਦੇ ਹਾਂ ਨਾ, ਪਹਿਲਾਦ ਦਾ ਇਤਿਹਾਸ, ਹਰਨਾਕਸ਼ ਦਾ ਇਤਿਹਾਸ, ਜਦੋਂ ਬਾਜ਼ੂ ਵਾਲ ਆਉਂਦਾ ਹੈ ਨਾ ਉਦੋਂ ਮਨੁੱਖ ਨੂੰ ਰੱਬ ਚੇਤੇ ਨਹੀਂ ਰਹਿੰਦਾ। ਇੱਥੇ ਵੀ ਇਹੋ ਸੰਸਕਾਰ ਕਹਾਵਤ ਬਣੀ ਹੋਈ ਹੈ, ਜਦੋਂ ਹੱਥ ਵਿੱਚ ਤਾਕਤ ਆਈ ਨਾ ਕਹਿਣ ਲੱਗਾ ਰੱਬ ਨੇੜੇ ਕਿ ਕਸੂਰ ਨੇੜੇ। ਪੰਜਾਬੀ ਦੀ ਕਹਾਵਤ ਜਿਹੜੀ ਇਸੇ ਗੱਲ ਦੀ ਪ੍ਰਤੀਕ ਹੈ। ਭਾਓ ਭਗਤ ਸਿਓ ਕਾਜ ਨਾ ਕਛੂਰ, ਰੱਬ ਵੀ ਵਿਸਾਰ ਦਿੱਤਾ। ਇਹ ਨਾ ਸਮਝਿਆ ਕਿ ਉਹ ਮੇਰੇ ਨਾਲੋਂ ਜ਼ਿਆਦਾ ਸ਼ਕਤੀਵਾਨ ਹੈ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਰ ਮੁਰ ਨਿੱਕੀ ਕੀਰੀ ਮੈਂ ਕੱਲ ਰੱਖੇ, ਭਸਮ ਕਰੇ ਲਸਕਰ ਕੋਟ ਲੱਖ ਦੀ ਸ਼ਕਤੀ ਰੱਖਣ ਵਾਲਾ ਰੱਬ ਵੀ ਭੁੱਲ ਗਿਆ। ਰਾਮ ਬਿਸਾਰਿਓ ਹੈ ਅਭਿਮਾਨ, ਕਣਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ। ਸਿਰਫ ਐਸ਼ ਪ੍ਰਸਤੀ ਦੇ ਸਾਧਨ, ਦੌਲਤ ਦੇ ਅੰਬਾਰ ਵੇਖ ਵੇਖ ਕੇ ਕਹਿਣ ਲੱਗਾ ਇਹੋ ਹੀ ਸਭ ਕੁਝ ਹੈ, ਮੈਂ ਹਮੇਸ਼ਾ ਲਈ ਮੇਰੀ ਪਕੜ ਵਿੱਚ ਰਹੇਗਾ ਇਹ ਸਭ ਕੁਝ। ਤੇ ਗੁਰੂ ਕਹਿਣ ਲੱਗੇ ਹੋਇਆ ਕੀ, ਲਾਲਚ ਝੂਠ ਭਿਖਾਰ ਮਹਾਮਦ, ਵੱਡਾ ਨਸ਼ਾ, ਇਹਨਾਂ ਚੀਜ਼ਾਂ ਦਾ ਨਸ਼ਾ ਹੈ ਵੱਡਾ ਮਹਾਮਦ, ਵੱਡਾ ਨਸ਼ਾ ਆ ਗਿਆ। ਹੱਥ ਵਿੱਚ ਤਾਕਤ ਵੀ ਹੋਵੇ, ਸ਼ੋਹਰਤ ਵੀ ਹੋਵੇ, ਦੌਲਤ ਵੀ ਹੋਵੇ, ਬਾਜ਼ੂ ਬਲ ਵੀ ਹੋਵੇ, ਇਸ ਤੋਂ ਵੱਡਾ ਨਸ਼ਾ ਗੁਰੂ ਸਾਹਿਬ ਨੇ ਬਾਣੀ ਵਿੱਚ ਐਵੇਂ ਨਹੀਂ ਦਿੱਤਾ, ਜੋਗਣ ਧਨ ਪ੍ਰਭਤਾ ਕੇ ਮਾਧਮ ਹੈ ਮਹਾਮਦ, ਵੱਡਾ ਨਸ਼ਾ। ਕਹਿਣ ਲੱਗੇ ਲਾਲਚ ਝੂਠ ਬਿਕਾਰ ਮਹਾਮਦ, ਇਹ ਵਿਦ ਆਲ ਦ ਬਿਹਾਰ, ਸਾਰੀ ਜ਼ਿੰਦਗੀ ਇਸੇ ਨਸ਼ੇ ਵਿੱਚ ਹੀ ਬਿਤਾ ਲਿਆ, ਜੀਵਨ ਗੁਜ਼ਰ ਗਿਆ। ਪਰ ਬਾਬਾ ਕਬੀਰ ਜੀ ਨੇ ਇੱਕ ਚੇਤਾਵਨੀ ਦਿੱਤੀ, ਕਹਿਣ ਲੱਗੇ ਉਹ ਭਲਿਆ ਵਿਸ਼ਵਾਸ ਕਰ, ਇਹੋ ਹੀ ਜੀਵਨ ਬਿਤਾ ਦੇਗਾ ਤੇ ਮੌਤ ਦਾ ਦਿਨ ਜਦੋਂ ਨੇੜੇ ਆ ਗਿਆ ਫਿਰ ਤੇਰਾ ਵਸ ਨਹੀਂ ਚੱਲਦਾ। ਕਹੇ ਕਬੀਰ ਅੰਤ ਕੀ ਬੇਰ,
ਸੁਖਮਣੀ ਸਾਹਿਬ ਭਰਿਆ ਹੋਇਆ ਤੁਸੀਂ ਬਹੁਤ ਦਿਲ ਸੁਣਦੇ ਰਹੇ ਭਾਈ ਤਰਲੋਚਨ ਸਿੰਘ ਦਿੱਲੀ ਵਾਲੇ ਅੱਜ ਪੁਰਾਣੀ ਮਿੱਤਰਤਾ ਦੀ ਯਾਦ ਕਰਦੇ ਹਾਂ ਮਿਲਣਾ ਇਸ ਅਤੇ ਮੈਂ ਆਖਿਆ ਇੱਕ ਸ਼ਬਦ ਦੀ ਯਾਦ ਨਹੀਂ ਭਰਿਆ ਸੋ ਅਨੰਦ ਸਾਹਿਬ ਦਾ ਪਾਠ ਮੈਂ ਨਾਲ ਦੇ ਨਾਲ ਕਰ ਦਿੰਦਾ ਤਾਂ ਕਿ ਫਿਰ ਆਪਾਂ ਨੂੰ ਵਿੱਚੋਂ ਦੁਬਾਰਾ ਨਾ ਬੈਠਣਾ ਪਿਆ ਉਸ ਤੋਂ ਬਾਅਦ ਸ਼ਬਦ ਪੜ੍ਹਨਗੇ ਰਾਮ ਕਲੀ ਮਹਲਾ